ਸਰ ਸਾਹਿਬ ਜੀ, ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲਏ ਹੋ, ਸੋਨੀਆ ਗਾਂਧੀ ਨੂੰ ਲਏ ਹੋ, ਹੈ ਐਵੇਂ ਹੈ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ। ਭਾਜਪਾ ਨੇ ਨਾਰਾ ਦਿੱਤਾ ਜੀ 400 ਪਾਰ ਸੀਟਾਂ, ਕੀ ਲੱਗਦਾ ਪਰ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਕਿਸਾਨ ਨਹੀਂ, ਮੇਰਾ ਮਤਲਬ ਹਾਰ ਰਹੀ ਹੈ। ਵੈਸਟਰਨ ਯੂਪੀ ਦੇ ਵਿੱਚ ਜਿਹੜੇ ਕੱਲ੍ਹ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ, ਕਿਉਂ ਕਰਕੇ ਉਹ ਕਿਸਾਨਾਂ ਦਾ ਇਲਾਕਾ ਹੈ ਅਤੇ ਕਿਸਾਨ ਸਾਰੇ ਪੰਜਾਬ, ਹਰਿਆਣੇ, ਵੈਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ ਵੈਸਟਰਨ ਯੂਪੀ ਦੇ ਵਿੱਚ ਨਹੀਂ ਪੈ ਰਹੀ। ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਹੈ ਇਹ ਬਿਲਕੁਲ ਝਠਾਏ ਹੈ, ਅਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਹੈ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਹੈ, ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਹੈ। ਅਤੇ ਜਿਹੜੇ ਕੰਮ ਮੋਦੀ ਡਰਦਾ ਚੀਨ ਤੋਂ, ਪਾਕਿਸਤਾਨ ਤੋਂ ਅਤੇ ਹੋਰ ਮੁਲਕਾਂ ਤੋਂ, ਅਤੇ ਦੂਸਰੀ ਗੱਲ ਹੈ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਕਿ ਇੰਡੀਆ ਦਾ ਨਾਂ ਚੇਂਜ ਕਰਕੇ ਭਾਰਤ ਰੱਖ ਦੇਣਾ, ਅਤੇ ਅਗਲੀ ਗੌਰਮੈਂਟ ਰਾਮ ਰਾਜ ਦੇ ਉੱਤੇ ਚੱਲੂਗੀ, ਰਾਮ ਚੰਦਰ ਜੀ ਦੇ ਨਾਂ ਦੇ ਉੱਤੇ ਚੱਲੂ, ਉਹੀ ਪੋਲਿਸੀਜ਼ ਹੋਣਗੀਆਂ। ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਅਤੇ ਕੌਂਸਟੀਟਿਊਸ਼ਨ ਵੀ ਖਤਮ ਕਰ ਦੂਗਾ, ਤਾਂ ਮੇਰਾ ਮਤਲਬ ਇੱਥੇ ਕਿ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ, ਫਿਰ ਘੱਟ ਗਿਣਤੀਆਂ ਦਾ ਕੀ ਬਣੂਗਾ, ਆਪਣੇ ਗਰੀਬਾਂ ਦਾ ਕੀ ਬਣੂਗਾ ਸ਼ਡਿਊਲ ਕਾਸਟ ਦਾ, ਅਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂਗਾ, ਉਹਨਾਂ ਦੇ ਨੱਕ ਦੇ ਵਿੱਚ ਦਮ ਲੈ ਕੇ ਆਊਗਾ। ਅਤੇ ਇੱਥੇ ਹਿੰਦੁਸਤਾਨ